ਅਗਰ ਇਸ SHO ਨੂੰ ਡਿਸਮਿਸ ਜਾਂ ਮੁਅੱਤਲ ਨਾ ਕੀਤਾ। ਚੌਕਗੜ ਮੋੜ DPO ਆਫਿਸ ਦੇ ਬਾਰੇ ਇਤਜਾਜ ਜੋ ਸੀ, RPO ਆਫਿਸ ਦੇ ਬਾਰੇ ਇਤਜਾਜ ਜੋ ਸੀ, ਵਜ਼ੀਰ ਆਲਾ ਹਾਊਸ ਦੇ ਬਾਰੇ ਇਤਜਾਜ ਜੋ ਸੀ। ਮਾ ਕੇ ਮੇਰੇ ਕੋਲ ਕਾਪੀ ਕਾਗਜ਼, ਮੈਂ ਕਿੱਥੋਂ ਦੇਵਾਂ? ਉਹਨਾਂ ਕੇ ਤੇਰੇ ਕੋਲ ਪੈਸੇ ਨਹੀਂ ਦੇ, ਅਸਾਂ ਉੱਤਾਂ ਹੀ ਪੈਸੇ ਦੇਣੇ ਹੁੰਦੇ ਹਨ, ਅਸਾਂ ਤੱਲੇ ਅਸਾਂ ਉੱਤਾਂ ਤੋੜ 'ਤੇ ਪੈਸੇ ਦੇਣੇ, ਅਸਾਂ ਕਿਤੋਂ ਰਕਮੇ ਵੇਚ ਕੇ ਦੇਵੀਏ? ਦੇ ਪੈਸੇ ਨਹੀਂ ਤਾਂ ਮੋੜ ਟੰਗ ਦੇਣਾ। ਮਾ ਕੇ ਮੇਰੇ ਕੋਲ ਕਾਸ਼ਾ ਨਹੀਂ, ਮੋੜ ਸਜਾਦ ਕੇ ਉਹ ਸਾ ਕਿ ਉਹ ਨਹੀਂ ਦਿੰਦਾ ਪੈਸੇ, ਉਹ ਐਂਡ 'ਤੇ ਉਹਨਾਂ ਆਖੇ ਜੀ 50,000 ਦੇ। ਮਾ ਕੇ ਮੇਰੇ ਕੋਲ 50,000 ਹੀ ਕੋਈ ਨਹੀਂ, ਅਖੀਰ ਸਜਾਦ ਹੈ ਉਹ ਸਾ ਕਿ 35,000 ਦੇ, ਤੇਰੀ ਜਾਨ ਛੁੜੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਯੂਟਿਊਬ ਚੈਨਲ ਜੰਗ ਰੰਗ ਤੋਂ ਮੈਂ ਅੰਸਰ ਖਾਨ ਬਲੋਚ ਹਾਂ। ਪਿਛਲੇ 3 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੈ, ਜਿਸ ਦੇ ਵਿੱਚ ਇੱਕ ਸ਼ਹਿਰੀ SHO ਥਾਣਾ ਗੜ੍ਹ ਮਹਾਰਾਜਾ ਮੋਹਤਰਮ ਜਨਾਬ ਜ਼ੀਸ਼ਾਨ ਪਤਵਾਣਾ ਸਾਹਿਬ 'ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਨਪਿਆ ਹੈ, ਇਹਨਾਂ 'ਤੇ ਤਸ਼ੱਦਦ ਕੀਤਾ ਹੈ ਔਰ ਮੁਬੈਨਾ ਤੌਰ 'ਤੇ ਭਾਰੀ ਰਿਸ਼ਵਤ ਲੈ ਕੇ ਇਹਨਾਂ ਨੂੰ ਛੋੜਿਆ ਹੈ। ਅੱਜ ਇਹ ਲੋਕ ਗੜ੍ਹ ਮੋੜ ਚੌਕ ਦੇ ਵਿੱਚ SHO ਜ਼ੀਸ਼ਾਨ ਪਤਵਾਣਾ ਦੇ ਖਿਲਾਫ ਇਹਤਜਾਜ ਵੀ ਕਰ ਰਹੇ ਹਨ। ਇਹ ਮਾਮਲਾ ਕੀ ਹੈ? ਜੰਗ ਰੰਗ ਅੱਜ ਇਸ ਮਾਮਲੇ ਨੂੰ ਵੇਖਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਉਸ ਮੁਤਾਸਰਾ ਸ਼ਖਸ ਦੇ ਨਾਲ ਗੁਫ਼ਤਗੂ ਕਰਦੇ ਹਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਔਰ ਬਹੁਤ ਜ਼ਿਆਦਾ ਵਾਇਰਲ ਹੋਈ, ਅੱਜ ਇਹ ਇਤਜਾਜ ਵੀ ਕਾਰਨ। ਮਮਦਾਸ ਸਾਹਿਬ, ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ, ਤੁਸੀਂ SHO ਥਾਣਾ ਗੜ੍ਹ ਮਹਾਰਾਜਾ 'ਤੇ ਇਲਜ਼ਾਮ ਲਾ ਰਹੇ ਹੋ ਕਿ ਉਹਨਾਂ ਨੇ ਤੁਹਾਨੂੰ ਬੇਗੁਨਾਹ ਨਪਿਆ ਔਰ ਉਸ ਤੋਂ ਬਾਅਦ ਤੁਹਾਡੇ ਉੱਤੇ ਉਹਨਾਂ ਨੇ ਤਸ਼ੱਦਦ ਕੀਤਾ, ਤੁਹਾਨੂੰ ਬਰਹਨਾ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਲੈ ਕੇ ਤੁਹਾਨੂੰ ਛੋੜਿਆ। ਸਰ, ਪੁਲਿਸ ਇੱਕ ਅਫਸਰ ਹੈ, ਪੁਲਿਸ ਦਾ ਅਫਸਰ ਹੈ, ਉਸ 'ਤੇ ਆਵਾਮ ਵੀ ਟਰੱਸਟ ਕਰਦੀ ਹੈ, ਉਸ 'ਤੇ ਹਕੂਮਤ ਨੇ ਵੀ ਟਰੱਸਟ ਕੀਤਾ, ਉਹਨਾਂ ਨੇ ਪੂਰੇ ਇੱਕ ਥਾਣੇ ਦਾ ਉਹਨਾਂ ਨੇ ਉਸਨੂੰ ਇੰਚਾਰਜ ਬਣਾ ਦਿੱਤਾ। ਸਰ, ਉਹ ਕਿਸ ਤਰ੍ਹਾਂ ਕਰ ਸਕਦਾ ਕਿ ਤੁਹਾਨੂੰ ਬੇਗੁਨਾਹ ਨਾ ਪਲਾਵੇ? ਅਗਰ ਕੋਈ ਨਾ ਕੋਈ ਤੁਹਾਡਾ ਕਸੂਰ ਤਾਂ ਉਸ ਵੀ ਸਹੀ। ਸਰ ਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਮੁਮਤਾਜ਼ ਹਸਨ ਵਾਲ ਗੁਲਾਮ ਮੁਹੰਮਦ ਬਾਈ, SHO ਸਾਹਿਬ ਜ਼ੀਸ਼ਾਨ ਹੈਦਰ ਪਾਤਵਾਣਾ ਥਾਣਾ ਗੜ੍ਹ ਮਹਾਰਾਜਾ, 25 ਤਾਰੀਖ ਜੁਮੇ ਰਾਤ 1 ਵਜੇ ਤਕਰੀਬਨ ਹਮਾਰੇ ਦਫ਼ਤਰ ਮੇ ਆਏ, ਦਫ਼ਤਰ ਆਏ, ਉੱਥੇ ਆ ਕੇ ਕਾਲ ਕੀਤੀ ਸੀ ਮੁਮਤਾਜ਼ ਕਿੱਥੇ ਹੈ? ਮੈਂ ਕਿਹਾ ਜੀ ਮੈਂ ਹੋਟਲ 'ਤੇ ਖਾਣਾ ਖਵਾਇਆ ਪਿਆ, ਮਹਿਮਾਨ ਹਨ। ਉਹਦੇ ਕਿ ਦਫ਼ਤਰ ਆ, ਮੈਂ ਦਫ਼ਤਰ ਆ ਗਿਆ, ਮੈਨੂੰ ਗੱਡੀ ਆ ਕੇ ਉਹਦੇ ਮੁਲਾਜ਼ਮਾਂ ਮੈਨੂੰ ਗੱਡੀ ਬਿਠਾ ਲਈ ਹੈ, ਗੱਡੀ ਫਰੰਟ ਸੀਟ 'ਤੇ ਬਿਠਾ ਕੇ ਥਾਣੇ ਕੀ ਤਰਫ ਥਾਣੇ ਦੇਰ ਆ ਗਏ। ਜਿਸ ਟਾਈਮ ਗੜ੍ਹ ਮੋੜ ਚੌਕ 'ਤੇ ਗੜ੍ਹ ਮਹਾਰਾਜਾ ਥਾਣੇ ਦੇਰ ਗਏ, ਉਸ ਟਾਈਮ ਮੈਨੂੰ ਚਾਚਾ ਮਾਰਨਾ ਸ਼ੁਰੂ ਕਰ ਦਿੱਤੀਆਂ, ਤੂੰ ਬੰਦੇ ਦੱਸ, ਤੂੰ ਤੇਰੇ ਕੋਲ ਬੰਦੇ ਨੇ ਜੀ, ਤਾਂ ਚੋਰੀ ਕੀਤੀ ਹੈ ਤਾਂ ਫਿਲਾਨ ਕੀਤਾ ਤਾਂ ਢੀਂਗ ਕੀਤਾ, ਜੇ ਤੈਨੂੰ ਥਾਣੇ ਦੇ ਟਾਈਮ ਹੈ ਨਹੀਂ ਤਾਂ ਮੈਂ ਤੈਨੂੰ ਫਰਾਈ ਕਰ ਦੇਣਾ। ਮੈਂ ਕਿਹਾ ਸਰ ਮੈਨੂੰ ਨਹੀਂ ਪਤਾ ਕਿਸੇ ਗੱਲ ਦਾ, ਨਾ ਕੋਈ ਬੰਦੇ, ਨਾ ਕੋਈ ਗੱਲ, ਨਾ ਬਾਤ, ਨਾ ਮੇਰੇ ਖਿਲਾਫ਼ ਕੋਈ ਪਰਚਾ, ਨਾ ਕੋਈ ਦਰਖਾਸਤ। ਦਾਸ ਸਾਹਿਬ, ਗੱਲ ਸੁਣੋ ਮੇਰੀ, ਅਗਰ SHO ਨੇ ਤੁਹਾਨੂੰ ਅਰੈਸਟ ਕੀਤਾ ਹੈ, ਸਰ ਉਸ ਦੀ ਕੋਈ ਨਾ ਕੋਈ ਰੀਜ਼ਨ ਹੋ ਸੀ, ਬਗੈਰ ਕਿਸੇ ਵਜ੍ਹਾ ਤੋਂ ਕੋਈ ਵੀ ਬੰਦਾ ਤੁਹਾਨੂੰ ਕਿਸੇ ਸੂਰਤ ਵੀ ਅਰੈਸਟ ਨਹੀਂ ਕਰ ਸਕਦਾ, ਉਹਨਾਂ ਨੇ ਤੁਹਾਡੇ ਉੱਤੇ ਕੋਈ ਐਲੀਗੇਸ਼ਨ ਲਾਇਆ ਹੋ ਸੀ, ਤੁਹਾਡੇ ਉੱਤੇ ਕੋਈ ਇਲਜ਼ਾਮ ਹੋ ਸੀ, ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਉੱਤੇ ਇਹ ਇਲਜ਼ਾਮ ਹੈ, ਕੋਈ ਇਲਜ਼ਾਮ ਉਹਨਾਂ ਨੇ ਤੁਹਾਨੂੰ ਦੱਸਿਆ? ਬਾਈ, ਡੀਜ਼ਲ 'ਚ ਤੂੰ ਨਿਕਲੇ 25 ਪੁਲਾਂ ਤੋਂ, ਬਾਈ ਤੂੰ ਡੀਜ਼ਲ 'ਚ ਹੈ, ਤੂੰ ਡੀਜ਼ਲ ਚੋਰੀ ਕਰਾਇਆ, ਹਾਲਾਂਕਿ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ, ਕੋਈ ਨਾ ਗੱਲ, ਉਹਨਾਂ ਨੇ ਤੁਹਾਨੂੰ ਇਹ ਦੱਸਿਆ ਕਿ ਤੁਸੀਂ ਡੀਜ਼ਲ ਚੋਰੀ ਕਰ? ਹਾਂਜੀ, ਡੀਜ਼ਲ ਚੋਰੀ ਕੀਤਾ ਜੀ, ਤੂੰ ਡੀਜ਼ਲ ਤੇਰੇ ਕੋਲ ਬੰਦੇ ਹਨ। ਮੈਂ ਕਿ ਮੇਰੇ ਕੋਲ ਨਹੀਂ ਬੰਦੇ, ਤੇਰੇ ਕੋਲ ਕੋਈ ਸਬੂਤ, ਕੋਈ ਗੱਲ, ਕਿਸੇ ਕਿਸਮ ਦੀ ਗੱਲ, ਤੂੰ ਦੱਸ ਦੇ ਸਾਨੂੰ, ਤੋਰ ਦੇ ਕੈਮਰੇ ਲੱਗੇ ਹੋਏ ਹਨ, ਸਾਰਾ ਕੁਛ ਹੈ। ਉਹ ਮਾਇਆ ਕਿ ਮੇਰੇ ਕੋਲ ਨਹੀਂ ਬੰਦੇ, ਨਾ ਕੋਈ ਗੱਲ ਹੈ, ਨਾ ਕੋਈ ਬਾਤ, ਥਾਣੇ ਲੈ ਗਈ ਹੈ, ਥਾਣੇ ਲੈ ਕੇ ਵਾਂਝ ਕੇ ਵਾਂਝਦੇ ਜਿਹੜੇ ਚੋਰਾਂ ਨੂੰ ਆਖੀ ਛੱਤ 'ਤੇ ਲੈ ਜਾਓ, ਛੱਤ 'ਤੇ ਵਾਂਝ ਕੇ ਮੇਰੇ ਕੱਪੜੇ ਲਵਾ ਕੇ ਟੰਗ ਦਿੱਤਾ, ਪਹਿਲੇ ਚਾਟਾ ਮਾਰੇ ਮੈਂ ਟੰਗ ਦਿੱਤਾ, ਟੰਗ ਕੇ ਬਾਅਦ ਵੀਡੀਓ ਕਾਲਾਂ ਬਣਾਈਦਾ ਰਹੀ, ਕਿਸੇ ਨੂੰ ਦਿਖਾ ਰਹੀ ਜੀ ਹੁਣ ਠੀਕ ਹੈ ਜੀ, ਹੁਣ ਠੀਕ ਹੈ, ਜਿਹੜੇ ਸਾਰਾ ਕੁਝ ਕਰ ਲਏ ਸੀ, ਮੈਂ ਬੇਹੋਸ਼ ਹੋ ਗਿਆ, ਮੈਂ ਡਹਿ ਗਿਆ। ਉਸਨੇ ਚਾਹ ਕੇ ਮੇਰੇ ਜੇਬੇ 1 ਲੱਖ ਰੁਪਈਆ ਆਈ, ਉਹ ਇਹਨਾਂ ਕੱਢ ਲਈਏ ਆਪਣਾ 7 ਲੱਖ ਰੁਪਏ, ਬਾਅਦ ਮੇਰੇ ਪਤਾ ਜੇ ਪਾਏ ਨਹੀਂ ਪਾਇਆ, ਬਾਅਦ ਬੰਦੇ ਨੇ ਮੈਨੂੰ ਕੱਪੜੇ ਪਵਾਏ ਨੇ, ਕੱਪੜੇ ਪਵਾ ਕੇ ਤੱਲੇ ਲਾਇਆ, ਕਮਰੇ ਲੈ ਸਟਿਆ ਨੇ, ਕਮਰੇ ਸੱਟ ਕੇ ਮੋੜ ਮੈਨੂੰ ਤੱਲੇ ਲਾਇਆ, 2 ਬੰਦੇ ਫਸ ਕੇ ਤੱਲੇ ਲਾਇਆ, ਉਹਦੇ ਬਿਠਾ ਕੇ ਇੱਕ ਬੰਦੇ ਨੂੰ ਕਾਲ ਕੀਤੀ ਨੇ, ਜਾਣੇ ਆਹ ਕੋਈ ਮਮਲਾ ਦਾ ਮੋਕ ਮੁਕਾ ਕਰੀਏ।
ਮੋਕ ਮੁਕਾ ਕਰੀਏ, ਉਹ ਬੰਦਾ ਆ ਗਈ ਹੈ ਪਹਿਲੇ ਐਸ ਐਚ ਓ ਉਧਰ ਗਈ ਹੈ, ਮੁੜੇ ਅਰਫਾਨ ਹੈ ਉਹਦਾ ਗਨਮੈਨ, ਉਹ ਉਧਰ ਗਿਆ ਉਹਨਾਂ ਉਸ ਅਰਫਾਨ ਨਾਲ ਮੇਰੀ ਗੱਲ ਕਰੀ, ਉਹ ਸਕੀ ਲੱਖ ਰੁਪਇਆ ਕਾਪੀ ਲੈ ਜਾਂ, ਮੈਂ ਕਿ ਮੇਰੇ ਕੋਲ ਕਾਪੀ ਕਾਜ ਮੈਂ ਕਿੱਥੋਂ ਦੇਵਾਂ, ਉਹਨਾਂ ਕਿ ਤੇਰੇ ਕੋਲ ਪੈਸੇ ਦੇ ਅਸਾਂ ਉੱਤਾਂ ਹੀ ਪੈਸੇ ਦੇਣੇ ਹੁੰਦੇ ਹਨ, ਅਸਾਂ ਤਲੇ ਦੇ ਅਸਾਂ ਉੱਤਾਂ ਤੋੜ ਤੇ ਪੈਸੇ ਦੇਣੇ ਹਨ, ਅਸਾਂ ਕਿਤੋਂ ਰਕਮੇ ਵੇਚ ਕੇ ਦੇਵੀਏ, ਦੇ ਪੈਸੇ ਨਹੀਂ ਤਾਂ ਮੋਟ ਟੰਗ ਦੇਣਾ, ਮੈਂ ਕਿ ਮੇਰੇ ਕੋਲ ਕਾਸ਼ਾ ਨਹੀਂ, ਮੋਟ ਸਜਾਦ ਗਿਆ ਉਹ ਸਕੀ ਉਹ ਨਹੀਂ ਦਿੰਦਾ ਪੈਸੇ, ਉਹ ਐਂਡ ਤੇ ਉਹਨਾਂ ਕਿ ਜੀ 50,000 ਦੇ, ਮੈਂ ਕਿ ਮੇਰੇ ਕੋਲ 50 ਹੀ ਕੋਈ ਨਹੀਂ, ਅਖੀਰੀ ਸਜਾਦ ਹੈ ਉਹ ਸਕੀ 35,000 ਦੇ, ਤੇਰੀ ਜਾਨ ਛੁੜਾਈ ਆ, ਜਿਹੜੇ 35,000 ਦੀ ਗੱਲ ਕੀਤੀ ਹੈ ਮੇਰੇ ਕੋਲ ਸਜਾਦ ਮੇਰੇ ਬਾਜ਼ੂ ਨਾਲ ਨਲ ਦੇ, ਸਜਾਦ ਮੇਰੀ ਜੇਬ ਵਿੱਚ ਕੱਢ ਕੇ 35,000 ਦਿੱਤਾ ਹੈ, ਤੁਸੀਂ ਐਸ ਐਚ ਓ ਨੂੰ 35,000 ਰੁਪਈਆ ਬਤੌਰ ਰਿਸ਼ਵਤ ਦਿੱਤਾ ਜੀ, ਰਿਸ਼ਵਤ ਦਿੱਤਾ, ਸਜਾਦ ਲੈ ਕੇ ਰਿਸ਼ਵਤ ਦਿੱਤਾ ਜੀ, ਮੇਰੇ ਕੋਲ ਲੈ ਕੇ ਗਈ ਉਸ ਉਹਦਾ ਕਿ 35,000 ਤੋਂ ਬਾਅਦ ਜਾਨ ਛੁੱਟ ਦੀ ਹੈ, ਸਾਬਿਤ ਹੋ ਗਈ ਜੀ, ਰਿਸ਼ਵਤ ਸਾਬਿਤ ਹੋ ਗਈ ਹੈ, ਗਵਾਹ ਹੈ, ਰਿਸ਼ਵਤ ਸਾਬਿਤ ਹੋ ਗਈ, ਸਾਬਿਤ ਹੋ ਗਈ ਹੈ, ਅੱਛਾ ਮੈਂ ਸੱਚੋ ਗੜ ਮਹਾਰਾਜਾ ਨਾਮੰਦੂਰ ਨਾਮੰਦੂਰ, ਜ਼ਾਲਿਮ ਐਸ ਐਚ ਓ ਗੜ ਮਹਾਰਾਜਾ ਨਾਮੰਦੂਰ ਨਾਮੰਦੂਰ, ਜ਼ਾਲਿਮ ਐਸ ਐਚ ਓ ਗੜ ਮਹਾਰਾਜਾ ਨਾਮੰਦੂਰ, ਮਮਤਾਜ਼ ਸਾਹਿਬ ਐਸ ਐਚ ਓ ਨੇ ਤੁਹਾਨੂੰ ਤੇਲ ਚੋਰੀ ਦੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ, ਕਿਆ ਇਸ ਤੋਂ ਪਹਿਲੇ ਵੀ ਤੁਹਾਡੀ ਤੇ ਕੋਈ ਤੇਲ ਚੋਰੀ ਦਾ ਮੁਕਦਮਾ ਹੋਇਆ? ਹਾਂ 2019-2000 ਮੈਂ ਤੇ ਪਰਚੇ ਹੋਇਆ, ਸਿਆਸੀ ਬੇਸ ਤੇ ਪਰਚੇ ਹੋਇਆ, 2019 ਦੇ ਵਿੱਚ ਤੁਹਾਡੇ ਤੇ ਤੇਲ ਚੋਰੀ ਦਾ ਪਰਚਾ ਹੋਇਆ ਸਿਆਸੀ ਬੇਸ ਤੇ, ਸਿਆਸੀ ਬੇਸ ਤੇ ਪਰਚੇ ਹੋਇਆ, ਮੈਂ ਇੱਥੇ ਥਾਣੇ ਕਲੀਅਰ ਹੋ ਗਿਆ, ਮੈਂ ਜੇਲ੍ਹ ਗਿਆ, ਅੱਗੇ ਗਈ ਇੱਥੇ ਥਾਣੇ ਮੈਂ ਕਲੀਅਰ ਹੋ ਗਿਆ, ਮੇਰੇ ਕੋਲ ਸਾਰਾ ਪ੍ਰੂਫ ਹੈ, ਮੇਰੇ ਕੋਲ ਹਰ ਚੀਜ਼, ਇਸ ਤੋਂ 2019 ਤੋਂ ਬਾਅਦ ਵੀ ਤੁਹਾਡੇ ਤੇ ਕੋਈ ਤੇਲ ਚੋਰੀ ਦਾ ਪਰਚਾ ਹੋਇਆ? 2019-2020 ਮੈਨੂੰ ਡੀਪੀਓ ਸਾਹਿਬ ਜੰਗ ਉਹ ਮੇਰੇ ਬੇਗੁਨਾਹ ਕਰ ਦਿੱਤਾ, ਇਫਤਖਾਰ ਨੂੰ ਸਦਾਇਆ, ਉਹ ਸਦਾ ਕੇ ਉਹਨੂੰ ਕੂੜਾ ਕੀਤਾ, ਉੱਥੇ ਐਫਆਈਆਰ ਦਿਵਾਇਆ ਸੀ, ਮੈਨੂੰ ਬੇਗੁਨਾਹ ਕਰ ਦਿੱਤਾ। ਅੱਛਾ, ਐਸਐਚਓ ਸਾਹਿਬ ਨੇ ਤੁਹਾਨੂੰ ਅਰੈਸਟ ਕੀਤਾ ਜੀ, ਕੋਈ ਇਹ ਉਹਨਾਂ ਪਰਚਿਆਂ ਦੀ ਬੁਨਿਆਦ ਤੇ ਕੀਤਾ ਜਾਂ ਉਸ ਤੋਂ ਬਾਅਦ ਕੋਈ ਨਵਾਂ ਤੇਲ ਨਿਕਲਿਆ ਔਰ ਕੋਈ ਨਵਾਂ ਪਰਚਾ ਆਈ ਜਿਸ ਦੀ ਵਜ੍ਹਾ ਤੋਂ ਤੁਹਾਨੂੰ ਉਹਨਾਂ ਨੇ? ਕੋਈ ਨਵਾਂ ਪਰਚਾ ਨਹੀਂ, ਕੋਈ ਗੱਲ ਨਹੀਂ, ਕੋਈ ਕਸ਼ ਹੀ ਨਹੀਂ, ਮੈਂ ਇੱਥੇ ਨਾ ਕੋਈ ਦਰਖਾਸਤ ਹੈ ਨਾ, ਹਾਂ ਪਾਰਕ ਵਾਲੇ ਆਖ ਦੇਵੇ ਕਿ ਮਮਤਾਜ਼ ਸਾਡਾ ਸਾਨੂੰ ਮਤਰੂਬ ਹੈ ਜੇ ਮਮਤਾਜ਼ ਸਾਡਾ ਚੋਰ ਹੈ, ਮੈਂ ਇੱਥੇ ਹੇਕ ਨੇ 10 ਪਰਚੇ ਦੇ ਦਿਓ। ਤੁਹਾਡੇ ਉੱਤੇ ਤਸ਼ੱਦਦ ਹੋਇਆ, ਕੋਈ ਤੁਹਾਡੇ ਕੋਲ ਕੋਈ ਪ੍ਰੂਫ ਹੈ, ਕੋਈ ਸਬੂਤ ਹੈ ਕਿ ਤੁਹਾਡੇ ਉੱਤੇ ਉਹਨਾਂ ਨੇ ਕੋਈ ਤਸ਼ੱਦਦ ਕੀਤਾ, ਤੁਸੀਂ ਹਸਪੀਟਲ ਗਏ, ਕੋਈ ਮੈਡੀਕਲ ਰਿਪੋਰਟ ਵਗੈਰਾ ਇਸ ਤਰ੍ਹਾਂ? ਡਾਕਟਰ ਸਜ਼ਾਦ ਕੋਲ ਮੈਂ ਦਾਖਲ ਰਹੀ ਹਾਂ ਜੀ, 2-4 ਘੰਟੇ ਉੱਧਰ ਰੱਖੇ, ਫਿਰ ਮੈਂ ਘਰ ਆ ਗਿਆ ਸੁਬਹ ਜੁਮੇ, ਫਿਰ ਮੈਂ ਘਰ ਡਾਕਟਰ ਸਜ਼ਾਦ ਕੋਲ ਗਿਆ, ਉੱਥੇ ਮੈਂ ਟ੍ਰੀਟਮੈਂਟ ਕਰਾਏ, ਮੈਂ ਮਾੜੀ ਕਿਸਮਤ ਗਰੀਬ ਬੰਦਿਆ ਸੇ, ਜਿਵੇਂ ਹੀ ਹੋਇਆ ਮੈਂ ਡਾਕਟਰ ਨਹੀਂ ਕਰਾ ਸਕਿਆ। ਅੱਛਾ ਜੀ, ਉਸ ਤੋਂ ਬਾਅਦ ਕੋਈ ਇਨਕੁਆਇਰੀ ਵਗੈਰਾ ਹੋਈ? ਇਨਕੁਆਇਰੀ ਹੋਈ ਹੈ ਜੀ, ਦਰਖਾਸਤ ਦਿੱਤੀ ਹੈ ਡੀਪੀਓ ਸਾਹਿਬ ਦੇ, ਉਹ ਚੱਲਦੀ ਪਈ ਹੈ, 2-3 ਤਰੀਕਾਂ ਹੋ ਗਈਆਂ ਜੀ, ਹੁਣ ਕਾਲਜ ਪਰਸੋਂ ਤਰੀਕ ਉਹਨਾਂ ਕਿ ਤੁਹਾਡਾ ਇਨਸ਼ਾਅੱਲਾ ਇਨਸਾਫ ਮਿਲ ਸੀ, ਸਾਨੂੰ ਨਹੀਂ ਮਿਲ ਰਿਹਾ, ਅਸਾਂ ਡੀਪੀਓ ਸਾਹਿਬ, ਆਪਣਾ ਆਰਪੀਓ ਸਾਹਿਬ, ਆਈਜੀ ਪੰਜਾਬ, ਵਜ਼ੀਰ ਆਲਾ, ਵਜ਼ੀਰ ਦਾਖਲਾ ਸਾਹਿਬ ਤੋਂ ਰਿਕੁਐਸਟ ਕਰਨੇ ਕਿ ਸਾਨੂੰ ਇਨਸਾਫ ਮਿਲੇ ਹੋਏ, ਨਹੀਂ ਤਾਂ ਇਸੇ ਚੌਕ ਦੇ ਖੁਦਕਸ਼ੀ ਅਸਾਂ ਕਰ ਲੈਣੀ ਹੈ, ਅਸਾਂ ਨਾ ਟੁਰਨ ਦਿਆ, ਨਾ ਅਸਾਂ ਕਿਸੇ ਗੱਲ ਦਿਆ, ਨਾ ਸਾਰੇ ਪੱਲੇ ਕਾਸ਼ ਰਹਿ ਗਏ, ਅਸਾਂ ਇੱਜ਼ਤਦਾਰ ਬੰਦੇ, ਉਹ ਸਾਨੂੰ ਨੰਗਾ ਕੀਤਾ, ਨੰਗਾ ਕਰਕੇ ਉਹ ਸਾਰੀ ਵੀਡੀਓ ਬਣਾਈ ਹਨ, ਅਸਾਂ ਖੁਦਕਸ਼ੀ ਕਰਨੀ ਸੀ, ਚੌਕ ਹੀ ਖੁਦਕਸ਼ੀ ਕਰਨੀ ਹੈ। ਮਾਰ ਸਾਹਿਬ ਪਤਾ ਕੀ ਹੁੰਦਾ, ਪੁਲਿਸ ਅਫਸਰ ਨੇ ਕਿਸੇ ਵੀ ਤਫਤੀਸ਼ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤਾ, ਥੋੜ੍ਹਾ ਜਿਹਾ ਅਗਰ ਕੋਈ ਊਂਚ ਨੀਚ ਹੋ ਵੀ ਜਾਂਦੀ ਹੈ ਤਾਂ ਲੋਕ ਉਹਨਾਂ 'ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਜੀ ਕਿ ਪੁਲਿਸ ਅਫਸਰ ਨੇ ਸਾਡੇ ਉੱਤੇ ਤਸ਼ੱਦਦ ਕੀਤਾ। ਕੋਈ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਐਸੇ CCTV ਕੈਮਰੇ ਵੀ ਲੱਗੇ ਹੋਏ ਹਨ? ਸਰ ਕੈਮਰੇ ਲੱਗੇ ਹੋਏ, ਮੈਂ ਕੱਲ੍ਹ ਹੀ ਆ ਕੇ ਬਾਹਰ ਕੈਮਰੇ ਲੱਗੇ ਹਾਂ, ਛੱਤ 'ਤੇ ਕੋਈ ਕੈਮਰਾ ਨਹੀਂ, ਬਾਹਰ ਕੈਮਰੇ ਲੱਗੇ ਹੋਏ ਹਨ, ਉੱਥੇ ਕੋਈ ਕੈਮਰਾ, ਇਸ ਟਾਈਮ ਹੀ ਚੈੱਕ ਕਰ, ਇਸ ਟਾਈਮ ਹੀ ਰਸਾ ਖਲੋ ਸੀ, ਕੋਈ ਇੱਕ ਤਸ਼ੱਦਦ ਵਾਲਾ ਵਾਕਿਆ ਨਹੀਂ ਇੱਥੇ ਇਸ ਗੜ ਮਹਾਰਾਜਾ ਦੇ ਵਿੱਚ? ਇਹ ਭਾਈ ਤੇ ਤਸ਼ੱਦਦ ਹੋਇਆ ਗਿਆ, ਇਹ ਮਲਾਣਾ ਬਿਰਾਦਰੀ ਦੇ ਬੰਦੇ ਪਕੜੇ ਪੈਣ, ਜਿਨ੍ਹਾਂ ਤੋਂ 5-5 ਲੱਖ ਰੁਪਏ ਡਿਮਾਂਡ ਕੀਤੀ ਜਾ ਰਹੀ ਹੈ, ਅਗਰ ਇਸ SHO ਨੂੰ ਡਿਸਮਿਸ ਜਾਂ ਮੁਅੱਤਲ ਨਾ ਕੀਤਾ, ਚੌਕਗੜ ਮੋੜ
ਡੀਪੀ ਆਫਿਸ ਦੇ ਬਾਰੇ ਇਤਜਾਜ ਹੋ ਸੀ, ਆਰਪੀਓ ਆਫਿਸ ਦੇ ਬਾਰੇ ਇਤਜਾਜ ਹੋ ਸੀ, ਵਜ਼ੀਰ ਆਲਾ ਹਾਊਸ ਦੇ ਬਾਰੇ ਇਤਜਾਜ ਹੋ ਸੀ, ਇਨਸ਼ਾਅੱਲਾ ਰੋਡ ਬਲਾਕ ਹੋ ਸੀ। ਜ਼ਿਲ੍ਹਾ ਹੀ ਸਦਰ ਭਗਤ ਦਾਦ ਗਰੋ ਮਹਾਰਾ ਸੇ ਭਗਤ ਦੀ ਤਰਫੋਂ 2 ਦਿਨਾਂ ਦਾ ਟਾਈਮ ਹੈ, ਅਗਰ ਇਨਸਾਫ ਨਾ ਮਿਲਿਆ ਇਨਸ਼ਾਅੱਲਾ ਜੰਗ ਫੈਸਲਾਬਾਦ ਆਰਪੀਓ ਆਫਿਸ ਵਜ਼ੀਰ ਆਲਾ ਹਾਊਸ ਲਾਹੌਰ ਦੇ ਗਊ ਇਹ ਇਤਜਾਜ ਹੋ ਸੀ। ਅੱਛਾ ਅੱਛਾ, ਕੁਛ ਲੋਕ ਹੋਰ ਵੀ ਮੌਜੂਦ ਹਨ, ਉਹਨਾਂ ਦੇ ਨਾਲ ਵੀ ਗੁਫ਼ਤਗੂ ਕਰਦੇ ਹਾਂ। ਸਰ ਤੁਹਾਡਾ ਕੀ ਮਸਲਾ? ਸਰ ਜੀ, ਜਿਹੜਾ ਮੈਂ ਅੱਗੇ ਆਪਣੇ ਮਕਾਨ ਦਾ ਮੌਕਫ ਦਿੱਤਾ ਹੈ, ਇਹ ਮੀਡੀਆ ਵੇਖ ਰਿਹਾ, ਮੇਰੇ ਕੋਲ ਪੂਰਾ ਜਨਾਬ ਕਾਗਜ਼ਾਤ ਰਿਪੋਰਟ ਹਨ, ਅੱਗੇ ਆਰਪੀਓ ਸਾਹਿਬ, ਅੱਗੇ ਜਨਾਬ ਡੀਪੀਓ ਸਾਹਿਬ, ਆਈਜੀ ਪੰਜਾਬ, ਜਿਹੜਾ ਵੀ ਮੇਰੇ ਕੋਲ ਮੰਗ ਸੀ ਮੈਂ ਉਹਨੂੰ ਪ੍ਰੂਫ ਦੇਸਾਂ, ਪ੍ਰੂਫ ਨਾ ਸਨ ਬੇਸ਼ੱਕ ਮੇਰੇ 'ਤੇ ਕਾਰਵਾਈ, ਮੈਂ 'ਤੇ ਐੱਫ ਆਈ ਆਰ ਦਿੱਤੀ ਜਾਏ, ਜਦਕਿ ਨਜਾਇਜ਼ ਕੀਤਾ ਗਿਆ। ਅੱਛਾ, ਮੈਂ ਇੱਥੇ ਕੋਈ ਐੱਫ ਆਈ ਆਰ ਨਹੀਂ, ਮੈਂ ਇੱਥੇ ਕੋਈ ਐਪਲੀਕੇਸ਼ਨ ਨਹੀਂ, ਅਗਲੇ ਥਰਡ ਪਾਰਟੀ ਕੋਲੋਂ 4 ਤੋਂ 5 ਲੱਖ ਰੁਪਈਆ ਰਿਸ਼ਵਤ ਲੈ ਕੇ ਮੇਰੇ ਜ਼ਾਤੀ ਮਕਾਨ 'ਚ ਮੈਨੂੰ ਬੇਦਖਲ ਕਰਕੇ, ਮੇਰੇ ਬੱਚਿਆਂ ਨੂੰ ਬੇਦਖਲ ਕਰਕੇ, ਉਹਨਾਂ ਨੂੰ ਬਾਹਰ ਕੱਢ ਕੇ ਮੇਰੇ ਕੋਲੋਂ ਮਕਾਨ ਜੋ ਛੀਨਿਆ ਗਿਆ। ਮੇਰੇ ਕੋਲ ਇਹ ਸਬੂਤ ਪ੍ਰੂਫ ਹੈ, ਮੀਡੀਆ ਦੇ ਸਾਹਮਣੇ ਲਹਿਰਾ ਰਹੀਆਂ ਆਵੇ। ਤੁਹਾਡੇ ਕੋਲੋਂ ਅਗਰ ਕਿਸੇ ਮਕਾਨ ਛੀਨਿਆ, ਇਹਦੇ ਵਿੱਚ SHO ਵਿਚਾਰੇ ਦਾ ਕਿਹੜਾ ਕਸੂਰ? ਆ ਜਾਓ, SHO ਸਾਹਿਬ ਖੁਦ ਆਇਆ, ਉਸਨੇ ਜਨਾਬ ਵਾਲਾ 15 ਦੀ ਕਾਲ ਹੋਈ ਜੀ, ਮੇਰੇ ਮਕਾਨ 'ਤੇ ਚੋਰੀ ਹੋਈ ਹੈ, ਜਦਕਿ ਮਕਾਨ ਮੇਰਾ, ਚੋਰੀ ਦੀ FIR, ਚੋਰੀ ਦੀ ਕਾਲ ਕੋਈ ਹੋਰ ਕਦਾ 15 'ਤੇ? ਜਦੋਂ SHO ਸਾਹਿਬ ਉੱਥੇ ਪਹੁੰਚਿਆ, ਉਸਨੇ ਕੀ ਕੀਤਾ? ਬਈ ਸਾਡੇ ਅੰਦਰੋਂ ਲਾਕ ਹੋਏ ਪਏ, ਜਿਵੇਂ ਬਈ ਬੱਚੇ ਗਾਇਬਾਂ ਦੇ ਲਾਕ ਆ ਕੇ, ਉਹਨੇ ਜਨਾਬ ਆਪਣੇ ਪੁਲਿਸ ਦੇ ਨਾਲ ਕਮ ਅਜ਼ ਕਮ 10-20 ਪੁਲਿਸ ਵਾਲੇ ਹਨ, ਉਹਨੇ ਜਨਾਬ ਠੁੱਡੇ ਮਾਰ ਕੇ ਦਰਵਾਜ਼ੇ ਤੋੜੇ, ਟੁੱਟੇ ਪੈਣ, ਸਾਡੀ ਮੱਡੀ ਚੁੱਕ ਕੇ ਬਾਹਰ ਸੱਟੀਏ, ਸਾਡੇ ਔਰਤਾਂ ਨੂੰ ਜ਼ਿਆਦਤੀ ਕੀਤੀ ਹੈ, ਮੋਬਾਈਲ ਛੀਨੇ, ਉਸ ਤੋਂ ਬਾਅਦ ਜਨਾਬ ਸਾਨੂੰ ਬਾਹਰ ਕੱਢ ਕੇ, ਕਿਉਂਕਿ ਰਿਸ਼ਵਤ ਬਹੁਤ ਵੱਡੇ ਕੰਮ ਕਰਾ ਦਿੰਦੀ ਹੈ, ਉਹਨੂੰ ਬਾਹਰ ਕੱਢਿਆ, ਸਾਨੂੰ ਬਾਹਰ ਕੱਢ ਕੇ ਸਾਡੀ ਮੱਡੀ ਇਸ ਟਾਈਮ। ਤੁਸੀਂ ਪੁਲਿਸ 'ਤੇ ਇਲਜ਼ਾਮ ਲਾ ਰਹੇ ਹੋ ਕਿ ਪੁਲਿਸ ਨੇ ਤੁਹਾਡੇ ਹੀ ਮਕਾਨ 'ਚੋਂ ਤੁਹਾਨੂੰ ਬੇਦਖਲ ਕੀਤਾ ਹੈ ਔਰ ਉੱਥੇ ਦੂਸਰੇ ਲੋਕਾਂ ਨੂੰ ਕਾਬਜ਼ ਕਰਵਾ? ਸਰ, ਇਹ ਇਲਜ਼ਾਮ ਨਹੀਂ, ਇਲਜ਼ਾਮ ਉਹ ਬੰਦਾ ਲਾਉਂਦਾ, ਇਲਜ਼ਾਮ ਦੀ ਇੱਕ ਹਕੀਕਤ ਹੁੰਦੀ ਹੈ, ਸਾਡੀ ਇਹ ਹਕੀਕਤ ਹੈ। ਪੂਰੇ ਮੀਡੀਆ ਨੂੰ ਮੈਂ ਚੈਲੰਜ ਕਰਨਾ, ਇਹ ਜਿਤਨੇ ਬੰਦੇ ਖਲੋਤੇ ਨੇ ਇਤਜਾਜ ਦੇ ਵਿੱਚ ਸ਼ਾਮਿਲ, ਇਹ ਬੰਦੇ ਆਵੇਨ ਇਸ ਟਾਈਮ ਮੌਕੇ 'ਤੇ, ਵੇਖਣ ਦਰਵਾਜ਼ੇ ਟੁੱਟੇ ਪੈਣ, ਤਾਲੇ ਟੁੱਟੇ ਪੈਣ, ਇਸ ਟਾਈਮ ਪੂਰੀ ਮੱਡੀ ਸਾਡੀ ਬਾਹਰ ਪਈ ਹੈ, ਵੀਡੀਓ ਮੈਂ ਬਣਾਈ ਹੈ, ਅਗਰ ਮੀਡੀਆ ਵਾਲੇ ਆਦਨ ਮੈਂ ਇਹਨਾਂ ਨੂੰ ਉਹ ਕਲਿੱਪ ਵੀ ਦੇਣਾ ਜਿਸ ਦੇ ਵਿੱਚ ਇਹ ਅੰਦਰ ਵੱਡਦਾ ਪਿਆ, ਔਰਤਾਂ ਨੂੰ ਮਾਰਦਾ ਪਿਆ, ਜਿਹਦੇ ਵਿੱਚ ਮੋਬਾਈਲ ਛੀਨਦਾ ਪਿਆ, ਜਿਹਦੇ ਵਿੱਚ ਸਭ ਕੁਛ ਇਸ ਨੇ ਕੀਤਾ, ਔਰ ਪੂਰਾ ਚੌਂਕ ਦਾ ਵਾਕਿਆ, ਇੱਦਾਂ ਤਾਂ ਵਾਕਿਆ ਹੈ ਨਾ ਬਈ, ਮਤਲਬ ਇਹ ਥਾਣੇ ਦੇ ਵਿੱਚ ਬੰਦ ਕਰਕੇ ਕੀਤਾ, ਉਹਦਾ ਕੋਈ ਸਬੂਤ ਨਹੀਂ। ਸਾਡਾ ਸਬੂਤ ਇਹ ਕਿ ਪੂਰਾ ਗੜ ਮੋੜ ਉਹ ਗਲੀ ਦੇ ਨੁੱਕਰ 'ਤੇ ਜਾਓ, ਤੁਹਾਨੂੰ ਇੱਕ ਇੱਕ ਬੰਦਾ ਆਖ ਸੀ ਬਈ ਬਿਲਕੁਲ ਵਾਕਿਆ ਜਾਂ ਇਤਨੀ ਪੁਲਿਸ ਹੈ। ਅੱਛਾ, ਪੁਲਿਸ ਦਾ ਕੀ ਕੰਮ ਹੈ ਮੈਨੂੰ ਦੱਸੋ? ਜਾਇਜ ਸਾਹਿਬ ਨੇ, ਇਹ ਜਾਇਜ ਸਾਹਿਬ ਦਾ ਮੈਂ ਇਹ ਆਰਡਰ ਲਈ ਖਲੋਤਾ, ਮੇਰੇ ਕੋਲ ਸਟੇ ਆਰਡਰ ਹੈ, ਔਰ ਇਸ ਬੰਦੇ ਨੇ ਤੁਹੀਨ ਅਦਾਲਤ ਕੀਤੇ, ਮੈਨੂੰ ਆਦਾ ਬਈ ਤੁਹੀਨ ਅਦਾਲਤ ਕੀ ਕਰ ਲੈ ਸਮੇਂ 'ਤੇ ਕੀ ਹੋ ਜਾਸੀ, ਇਹੋ ਜ਼ਿਆਦਾ ਜ਼ਿਆਦਾ ਮੇਰਾ FIR ਤਬਾਦਲਾ ਹੋ ਜਾਸੀ ਅਤੇ ਕੀ ਹੋ ਜਾਸੀ, ਤੁਸੀਂ ਕੋਈ ਨਹੀਂ ਕਰ ਸਕਦੇ। ਮੈਂ ਬਹੁਤ ਜਨਾਬ ਲੈਣਾ SHO ਹਾਂ ਥਾਣੇ ਦਾ, ਮੇਰੀ ਬੜੀ ਬਾਵ ਹੈ, ਮੈਨੂੰ ਦੱਸੋ ਜੀ ਇਹੋ ਜਿਹੇ ਬੰਦੇ ਨਾਲ ਗਰੀਬ ਹਾਂ, ਅਸੀਂ ਲੜ ਸਕਦੇ ਹਾਂ, ਅਸੀਂ ਜ਼ੁਲਮ ਬਰਦਾਸ਼ਤ ਕਰ ਸਕਦੇ ਹਾਂ ਜਾਂ ਆਵਾਜ਼ ਉਠਾ ਸਕਦੇ ਹਾਂ? ਇਹ ਕਾਗਜ਼ਾਤ ਹਨ, ਜਿਸ ਨੂੰ ਕੋਈ ਸ਼ੱਕ ਹੋਵੇ ਉਹ ਕਰੇ, ਅਤੇ ਮੈਂ ਇਹ ਆਦਾ ਪਿਆ ਕਿ ਮਿਹਰਬਾਨੀ ਕਰੋ, ਸਾਨੂੰ ਕਤਲੋ ਖਾਰ ਤੋਂ ਬਚਾਓ, ਸਾਡੀ ਹਾਈ ਕੋਰਟ ਜਾ ਰਹੇ ਹਾਂ ਜੀ, ਮੇਰੇ ਕੱਪੜੇ ਪਾੜੇ ਗਏ, ਮੈਂ ਮੌਜੂਦ ਹਾਂ, ਪੁਲਿਸ ਨੇ ਤੁਹਾਡੇ ਕੱਪੜੇ ਪਾੜੇ? ਪੁਲਿਸ ਨੇ ਕੱਪੜੇ ਪਾੜੇ, ਪੁਲਿਸ ਨੇ ਲੱਤਾਂ ਦੇ ਠੁੱਡੇ ਮਾਰੇ, ਦਰਵਾਜ਼ੇ ਤੋੜੇ, ਆਖਿਰ ਭਾਵੇਂ ਲੋਹੇ ਦੇ ਨਾਲ ਦਰਵਾਜ਼ੇ ਸਾਰੇ ਟੁੱਟ ਗਏ, ਇਹ ਅੰਦਰ ਦਾਖਲ ਹੋਏ, ਸਾਡੀਆਂ ਔਰਤਾਂ ਸਾਰੀਆਂ, ਉਹਨਾਂ ਦੇ ਨਾਲ ਇਹਨਾਂ ਧੱਕੇ ਦਿੱਤੇ, ਜ਼ਿਆਦਤੀ ਕੀਤੀਆਂ ਨੇ, ਜ਼ਿਆਦਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। SHO ਨੇ ਬੰਦੇ ਪਕੜੇ ਨੇ, ਅੱਜ ਹੋ ਗਏ ਨੇ ਤਕਰੀਬਨ 25 ਦਿਨ, ਨਾ ਉਹਨਾਂ 'ਤੇ ਬੰਦੀ ਪਾ ਰਿਹਾ, ਨਾ ਚਲਾਣ ਕਰ ਰਿਹਾ, ਅਤੇ ਹਰ ਇੱਕ ਬੰਦੇ ਦਾ 5 ਲੱਖ ਰੁਪਏ ਦਿਓ ਅਤੇ ਮੈਂ ਤਾਂ ਛੱਡਣਾ। ਤੁਸੀਂ ਔਨ ਏਅਰ ਮੀਡੀਆ 'ਤੇ SHO ਸਾਹਿਬ 'ਤੇ ਇਲਜ਼ਾਮ ਲਾ ਰਹੇ ਹੋ, ਕਿਸੇ ਵੀ ਸ਼ਰੀਫ ਇਨਸਾਨ ਜਿਹੜਾ ਕਿ ਇੱਕ ਪੁਲਿਸ ਅਫੀਸਰ ਹੋਵੇ, ਇਸ ਤਰ੍ਹਾਂ ਉਸ 'ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ? ਕੋਈ ਤੁਹਾਡੇ ਕੋਲ ਹੈ ਸਬੂਤ ਕਿ ਉਹਨਾਂ ਨੇ ਤੁਹਾਡੇ ਕੋਲ 5 ਲੱਖ ਰੁਪਈਆ ਲਿਆ? ਬੰਦੇ ਸਾਰੇ ਪਕੜੇ ਹੋਏ ਨੇ, ਇਹ 3 ਬੰਦੇ ਉਹਨਾਂ ਨੇ ਛੱਡ ਦਿੱਤੇ ਨੇ, ਪੈਸੇ ਲੈ ਕੇ ਛੱਡੇ ਨੇ। ਕਿੰਨੇ ਪੈਸੇ ਲੈ? ਪੈਸੇ 5 ਲੱਖ ਰੁਪਏ ਲਿਆ 3 ਬੰਦਿਆਂ ਦੇ, ਇੱਕ ਬੰਦੇ ਦਾ ਇਲਜ਼ਾਮ ਕੀ ਆ?
ਇਲਜ਼ਾਮ ਕੁਛ ਵੀ ਨਹੀਂ, ਜਾ ਕੇ ਰਾਤੀ ਰੇਡ ਕਰ ਦਿੱਤੇ ਨੇ 10-15 ਗੱਡੀਆਂ 'ਚ। ਸਰ ਪੁਲਿਸ ਇੰਝ ਕਦੀ ਵੀ ਰੇਡ ਨਹੀਂ ਕਰਦੀ, ਲਾ ਵੀ ਨਹੀਂ, ਕੋਈ ਨਾ ਕੋਈ ਰੀਜ਼ਨ ਜ਼ਰੂਰ ਆਉਂਦੀ ਹੈ ਸਰ ਜੀ, ਤੁਸੀਂ ਛੁਪਾ ਰਹੇ ਹੋ, ਕੋਈ ਨਾ ਕੋਈ ਵਜ੍ਹਾ ਜ਼ਰੂਰ ਹੈ। ਕੋਈ ਵਜ੍ਹਾ ਵੀ ਨਹੀਂ ਹੈ। ਹੁਣ ਰਾਤੀ ਉਹਨਾਂ ਬੰਦਿਆਂ ਨੂੰ ਮਾਰ ਮਾਰ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ, ਹਰ ਰਾਤ ਤਫਸ਼ੀਸ਼ ਕਰ ਰਹੇ ਨੇ, ਹਰ ਰਾਤ ਕੋਈ ਐਸੀ ਰਾਤ ਨਹੀਂ ਜਿਸ ਤੋਂ ਜਾਣੇ ਉਹਨਾਂ ਨੇ ਮਾਰਿਆ। ਪੱਕੀ ਦੇ ਖਲੋ ਕੇ ਫੈਦ ਕੀਤੇ ਨੇ ਪੁਲਿਸ ਵਾਲਿਆਂ, ਐਸ ਐਚ ਓ ਖੁਦ ਫੈਦ ਕੀਤਾ, ਸਾਡੇ ਕੋਲ ਮੂਵ ਵੀ ਹੈ ਐਸ ਐਚ ਓ ਕਿ ਐਸ ਐਚ ਓ ਇਹ ਸਮਝ ਆਪਣੇ ਆਪ ਸਮਝਦਾ ਕਿ ਮੈਂ ਕੋਈ ਇਸ ਤਹਿਸੀਲ ਦਾ ਕੋਈ ਬਹੁਤ ਬੜਾ ਮਾਲਿਕ ਹਾਂ ਪਿਆ, ਔਰ ਇਹ ਮੇਰੀ ਸਾਰੀ ਜਿਹੜੀ ਇਹ ਸਾਰੀ ਮੇਰੀ ਰੈਇਤ ਹੈ ਬਈ। ਉਸ ਰੈਇਤ ਨੂੰ ਉਸ ਰੈਇਤ ਗਰਦਾਉਂਦੇ ਹੋਇਆਂ ਉਹ ਜਿਹਨੂੰ ਚਾਹੀਦਾ ਉਹ ਚਾਹ ਕੇ ਉਹਨੂੰ ਕੋਟ ਫਾੜ ਲੈਂਦਾ ਪਿਆ। ਜਿਸ ਵਕਤ ਕੋਈ ਇੱਕ ਬੰਦਾ ਆਈ ਜਿਸ ਤਰ੍ਹਾਂ ਮੁਮਤਾਜ਼ ਵਾਗਾ ਸਾਹਿਬ ਨੇ ਹਿੰਮਤ ਕੀਤੀ ਔਰ ਇਹ ਬੋਲੇ, ਸਿਰਫ ਮੁਮਤਾਜ਼ ਵਾਗਾ ਨਹੀਂ ਬੋਲਿਆ, ਤੁਹਾਨੂੰ ਪਤਾ ਇਸ ਵਕਤ ਪੂਰਾ ਥਾਣਾ ਗਾ ਮਰਾਜਾ ਬੋਲ ਰਿਹਾ ਪਿਆ। ਇਸ ਵਕਤ ਜੇ ਇੱਥੇ ਲੋਕ ਖਲੋਤੇ ਨੇ 100-150 ਬੰਦਾ, ਇੱਕ ਤੁਹਾਨੂੰ ਲੱਗਦਾ ਕਿ ਇਲਜ਼ਾਮ ਲਾ ਰਿਹਾ, ਕਤਈ ਤੌਰ 'ਤੇ ਇਲਜ਼ਾਮ ਲਾ ਰਿਹਾ। ਅਸਗਰ ਬਾਈ ਇੱਕ ਕਾਰੋਬਾਰੀ ਸ਼ਖਸੀਅਤ ਨੇ ਚੌਂਕ 'ਚ ਬੈਠਣ ਪਿਆ, ਬਾਈ ਗੋਗਾ ਬਾਈ ਉਹ ਕਾਰੋਬਾਰੀ ਸ਼ਖਸੀਅਤ ਚੌਂਕ 'ਚ ਬੈਠਣ ਪਿਆ, ਮੁਮਤਾਜ਼ ਵਾਗਾ ਸਾਹਿਬ ਚੌਂਕ 'ਚ ਬੈਠਣ ਪਿਆ। ਔਰ ਮੈਂ ਬੰਦਾ ਨਾ ਚੀਜ਼ ਨੂੰ ਜਿਸ ਵਕਤ ਮੈਂ ਵੀਡੀਓ ਉਹਨਾਂ ਦੀ ਲਾਈ ਹੈ, ਮੈਨੂੰ ਕਿਤੇ ਲੋਕਾਂ ਦੀ ਕਾਲਜ਼ ਆ ਚੁੱਕੀਆਂ ਪਈਆਂ ਕਿ ਸਾਡਾ ਮੌਕਾ ਫਲਾਓ, ਸਾਡਾ ਮੌਕਾ ਫਲਾਓ। ਅੰਸਰ ਬਾਈ ਜਿਸ ਵਕਤ ਤੱਕ ਇਲਜ਼ਾਮ ਦੀ ਰੇਸ਼ੋ ਵੱਧ ਜਾਂਦੀ ਹੈ ਔਰ ਸ਼ਰਿਆਮ ਲਾਇਆ ਵੈਂਦਾ, ਉਹ ਇਲਜ਼ਾਮ ਨਹੀਂ ਆਉਂਦਾ ਬਲਕਿ ਉਹ ਹਕਾਇਕ ਹੁੰਦੇ ਨੇ ਪਏ। ਔਰ ਜਹਾਂ ਤੱਕ ਜਿਹੜਾ ਮਾਮਲਾ ਚੱਲ ਰਿਹਾ ਡੀਜ਼ਲ ਦਾ, ਉਹਦੀ ਮੈਂ ਤੁਹਾਨੂੰ ਕੁਛ ਉਹਦੀ ਹਕਾਇਕ ਦੱਸਣਾ ਪਿਆ, ਜ਼ਮੀਨੀ ਹਕਾਇਕ। ਡੀਜ਼ਲ ਚੋਰੀ ਹੋ ਰਿਹਾ ਗੜ ਮੋੜ ਤੋਂ, ਇੱਥੋਂ ਹੈ ਪਿਆ 1.5 ਕਿਲੋਮੀਟਰ ਪੰਜੀ ਪੁਲ, ਪੰਜੀ ਪੁਲ ਤੋਂ ਇਨਰ ਸਾਈਡ ਹੈ ਤਕਰੀਬਨ 800 ਮੀਟਰ, ਯਾਨੀ ਕਿ 1.25 ਕਿਲੋਮੀਟਰ ਸੜਕ ਜਾ ਰਹੀ ਹੈ, ਉਹ ਕੱਚੀ ਸੜਕ ਹੈ, ਪੰਜੀ ਪੁਲ ਆਬਾਦੀ 'ਚ ਗੁਜ਼ਰ ਕੇ ਜਾ ਰਹੀ ਹੈ, ਕੱਚੀ ਸੜਕ ਹੈ। ਇੱਕ ਚੌਕ ਹੈ ਪਾਈਪ ਲਾਈਨ ਦਾ, ਅੰਸਰ ਭਾਈ ਮੇਰੇ ਪਾਸ ਤਵੱਜੋ ਕਰ ਸੋ, ਚੌਕ ਹੈ ਉਸ ਚੌਕ ਦੇ ਨਾਲ ਘਰ ਹਨ 8-10 ਘਰਾਂ ਤੋਂ ਅੱਗੂ ਕਰਕੇ ਜਿੱਥੋਂ ਡੀਜ਼ਲ ਚੋਰੀ ਹੋ ਰਿਹਾ, ਅੰਸਰ ਭਾਈ ਸੁਣ ਰਹੇ ਹੋ, ਜਿੱਥੋਂ ਡੀਜ਼ਲ ਚੋਰੀ ਹੋ ਰਿਹਾ, ਡੀਜ਼ਲ ਦੀ ਟੈਂਕੀ ਉੱਥੋਂ ਲੋਡ ਹੁੰਦੀ ਹੈ, ਟੈਂਕੀ ਲੋਡ ਹੋ ਕੇ ਪੰਜੀ ਪੁਲ ਚੜ੍ਹਦੀ ਹੈ, ਉਸ ਤੋਂ ਕੁਝ ਤਕਰੀਬਨ 4 ਮਿੰਟ ਬਾਅਦ, ਮੈਂ ਇਲਜ਼ਾਮ ਨਹੀਂ ਲਾ ਰਿਹਾ, ਮੇਰੇ ਕੋਲ ਇਸ ਬਕਾਇਦਾ ਸਬੂਤ ਹਨ, 4-5 ਮਿੰਟ ਬਾਅਦ ਉਸੇ ਮੁਕਾਮ ਤੋਂ ਗੱਡੀ ਗੁਜ਼ਰਦੀ ਹੈ ਐਸ ਐਚ ਓ ਸਾਹਿਬ ਦੀ। ਔਰ ਅਗਰ ਮੈਂ ਇਸ ਥਾਣੇ ਤੋਂ ਅਗਰ ਫਾਸਲਾ ਲਾਵਾਂ 7-8 ਤਕਰੀਬਨ 9 ਕਿਲੋਮੀਟਰ ਡਿਗੇਟੀ ਹੋ ਰਹੀ ਹੈ, ਔਰ ਪ੍ਰਾਪਰ ਸ਼ਹਿਰ ਦੇ ਵਿੱਚ ਤੁਸੀਂ ਆਓ, ਮੈਂ ਤੁਹਾਨੂੰ ਦਿਖਾਵਾਂ ਜਿੱਥੋਂ ਡੀਜ਼ਲ ਚੋਰੀ ਹੋ ਰਿਹਾ। ਹੁਣ ਅਗਰ ਉੱਥੋਂ ਡੀਜ਼ਲ ਚੋਰੀ ਹੋ ਰਿਹਾ, ਉਸ ਦਾ ਕੀ ਮਤਲਬ ਹੈ ਕਿ ਤੁਸੀਂ ਪੂਰੇ ਇਲਾਕੇ 'ਚੋਂ ਕਿਸ ਨੂੰ ਚਾਹ ਕੇ ਉਹਨੂੰ ਕੁੱਟ ਦੇ ਸੋ ਤੁਸੀਂ? ਕਿਆ ਤਫਤੀਸ਼ ਦਾ ਦਾਇਰਾਕਾਰ ਇਸ ਤਰ੍ਹਾਂ ਹੁੰਦਾ ਆਪਣਾ ਅੰਸਰ ਬਾਈ? ਤੁਸੀਂ ਮਾਜ਼ਰਤ ਨਾਲ ਤੁਸੀਂ ਆਖਰ ਇਲਜ਼ਾਮ, ਇਹ ਇਲਜ਼ਾਮ ਨਹੀਂ ਹਨ, ਇਹ ਹਕਾਇਕ ਹਨ, ਪੈ ਇਹ ਬੇਰ ਪੱਕੀ ਖਲੀ ਹੈ ਪੁਲਿਸ ਦੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਾਕਿਸਤਾਨ ਵਿੱਚ ਕਰਵਾਇਆ ਤੇ ਕਿ ਜਿਹੜਾ ਥੋੜ੍ਹਾ ਜਿਹਾ ਕੋਈ ਕ੍ਰਾਈਮ ਹੁੰਦਾ ਹੈ ਵੀ ਆ ਅੰਧਾ ਕਤਲ ਹੋ ਵਜੇ, ਅੰਧੀ ਡਕੈਟੀ ਹੋ ਵਜੇ, ਉਹਦੇ ਵਿੱਚ ਐਸ ਐਚ ਓ ਸਮੇਤ ਪੂਰੇ ਥਾਣੇ ਦੀ ਕਿ ਪੂਰੀ ਤਹਿਸੀਲ ਦੀ ਬੇਰ ਪੱਕ ਪੈਂਦੀ ਹੈ, ਉਸ ਬੇਰ ਨੂੰ ਉਹ ਸਾਰੇ ਜੂਣ ਕੇ ਖਾਂਦੇ ਰਹਿੰਦੇ ਨੇ ਪੈ। ਕਦੀ ਕਿਸ ਨੂੰ ਚਾਹ ਲਿਆ? ਹੁਣ ਕਿਆ ਇਸ ਬੰਦੇ 'ਤੇ ਇਲਜ਼ਾਮ ਲਾ ਰਿਹਾ, ਗੋਗਾ ਬਾਈ ਲਾ ਰਿਹਾ, ਮੁਮਤਾਜ਼ ਵਾਗਾ ਸਾਹਿਬ ਗੋਗਾ ਬਾਈ ਲਾ ਰਿਹਾ, ਬਾਈ ਜਾਨ ਤਕਰੀਬਨ 100 ਬੰਦਾ ਚਾਇਆ ਜਾ ਚੁੱਕਾ ਹੈ ਔਰ ਉਹਨਾਂ ਨੂੰ ਛੋੜਿਆ ਜਾ ਚੁੱਕਾ ਹੈ। ਅਗਰ ਉਹਨਾਂ ਨੂੰ ਛੋੜਿਆ ਚਾਇਆ ਚਾਵਣ ਤੋਂ ਬਾਅਦ, ਬਰਿਆਨਾ ਕਰਨ ਤੋਂ ਮਾਰਨ ਤੋਂ ਬਾਅਦ ਉਹਨਾਂ ਨੂੰ ਛੋੜਿਆ ਕਿਉਂ ਜਾ ਰਹੇ ਹਨ? ਅਗਰ ਸ਼ੱਕ ਦੀ ਜਾਂ ਤਫਤੀਸ਼ ਇਹੀ ਹੁੰਦੀ ਹੈ ਕਿ ਬੰਦੇ ਨੂੰ ਬਰਿਆਨਾ ਕਰਕੇ ਉਹਨੂੰ ਪੋਲੀਓ ਮਾਰਿਆ ਜਾਵਣ, ਕਿਆ ਇਨਸਾਨੀਅਤ ਦੀ ਤਸਦੀਕ ਨਹੀਂ ਹੈ? ਦੂਸਰਾ ਸਵਾਲ, ਤਫਤੀਸ਼ ਕਰਨਾ ਤਾਂ ਪੁਲਿਸ ਅਫਸਰ ਦਾ ਕੇ ਸਰ, ਤਫਤੀਸ਼ ਦਾ ਇੱਕ ਤਰੀਕਾਕਾਰ ਹੈ, ਤਫਤੀਸ਼ ਦੇ ਕ੍ਰਾਈਟੇਰੀਆ ਹੈ। ਅਗਰ ਉਸ ਬੰਦੇ ਨੂੰ ਚਾਇਆ, ਉਸ ਤਾਂ ਜਾ ਕੇ ਉਹਨੂੰ ਜ਼ਬਾਨੀ ਜਿਹੜਾ ਬੰਦਾ ਚਾਇਆ ਹੋਇਆ ਵਿਗਵਾਂ, ਪਹਿਲੇ ਤਾਂ ਲਾਅ 'ਚ ਹੈ ਨਹੀਂ ਹੈ, ਉਹਨੂੰ ਵਿਗਵਾ ਚਾਵਣ ਬਣਦਾ ਹੀ ਨਹੀਂ ਹੈ, ਪਹਿਲੇ ਲਾਅ ਦੇ ਮੁਤਾਬਿਕ ਉਹ ਵਿਗਵਾ ਚਾ ਵੀ ਨਹੀਂ ਸਕਦੇ। ਸੈਕੰਡਲੀ, ਅਗਰ ਉਹ ਵਿਗਵਾ ਚਾਹੀਦੇ ਨੇ ਪਏ ਤਾਂ ਉਸ ਨੂੰ ਕਮ ਅਜ਼ ਕਮ ਉਹਦੀ ਗ੍ਰਿਫਤਾਰੀ ਪਾਵਣ, ਉਹਦਾ ਰਿਮਾਂਡ ਜਾ ਕੇ ਲਵਣ, ਰਿਮਾਂਡ ਤੋਂ ਜਾ ਬਾਅਦ ਜਾ ਕੇ ਉਸ ਜਗ੍ਹਾ ਇਹਨੂੰ ਇੰਟਰੋਗੇਸ਼ਨ ਕਰਨ, ਤਾਂ ਮਜ਼ਾ ਆਵੇ, ਤਾਂ ਪਤਾ ਲੱਗੇ ਮੁਲਜ਼ਮ ਨੂੰ ਮੇਰੇ ਤੋਂ ਇਲਜ਼ਾਮ ਕੀ ਹੈ, ਔਰ ਐਸ ਐਚ ਓ ਨੂੰ ਤਫਤੀਸ਼ ਕਰਨ ਦਾ ਬਾਅਦ ਪਤਾ ਲੱਗੇ ਥਾਣੇਦਾਰ ਨੂੰ ਕਿ ਮੈਂ ਤਫਤੀਸ਼ ਕਿਹੜੀ ਚੀਜ਼ ਦੀ ਕਰ ਰਿਹਾ। ਇਹ ਕਿਹੜਾ ਸੂਲ ਹੈ ਕਿ ਜਿਹੜਾ ਸ਼ਰੀਫ ਬੰਦਾ, ਮੋਜ਼ਿਸ ਬੰਦਾ, ਕੋਈ ਮਾਲਦਾਰ ਬੰਦਾ, ਉਹਨੂੰ ਚਾਹ ਕੇ ਥਾਣੇ ਲੰਮਾ ਕਰ ਦਿਓ, ਦੋ ਪੌਲੇ ਮਾਰੋ, ਦੋ ਪੌਲੇ ਬਾਅਦ ਡੀਲ ਕਰੋ, ਤੁਹਾਨੂੰ ਛੋੜ ਦਿਓ। ਦੋ ਪੌਲਿਆਂ ਦੀ ਖੈਰ ਆ ਜੀ, ਪੌਲੇ ਮਾਰ ਮਾਰ ਕੇ ਨਾ ਅੱਜ 20 ਦਿਨ ਉਹਦੇ ਪੈਣ, ਹਰ ਰਾਤ ਤਫਸ਼ੀਸ਼ ਚੱਲ ਰਹੀ ਹੈ।
ਇਹ ਤਰੀਕਾ ਕਾਰ ਤਾਂ ਨਹੀਂ ਹੈ ਯਾਨੀ SHO ਦਾ। ਚਲੋ ਚਾਹਿਆ ਜਿਹੜਾ ਜੁਰਮਦਾਰ ਹੈ ਤੂੰ ਉਹਨੂੰ ਅਦਾਲਤ ਪੇਸ਼ ਕਰ ਦੇ। ਤੁਸੀਂ ਵਿਜਾ ਕਮੇਟੀ ਪਾਰਕੋ ਦੇ ਮੇਜਰ ਆਓ, ਤੁਹਾਨੂੰ ਮੈਂ ਰਾਤ ਨੂੰ ਵਿਖਾਈ ਸੀ ਇੱਥੇ ਤਿੰਨ ਬੰਦੇ ਗਸ਼ ਕਰਦੇ ਨੇ। ਪਾਰਕੋ ਦਾ ਮੇਜਰ ਡਾਲੇ ਤੇ ਗਸ਼ ਕਰ ਰਿਹਾ ਹੁੰਦਾ ਪਿਆ ਥਾਣਾ ਕੈਮਰਾ ਜਿੱਥੇ 9 ਕਿਲੋਮੀਟਰ ਦੂਰ, ਔਰ ਜਿੱਥੇ ਤੇਲ ਚੋਰੀ ਹੋ ਰਿਹਾ ਅੰਦਰ ਬਾਈ, ਉੱਥੋਂ ਘਰ ਪਤਾ ਕਿਤਨੇ ਦੂਰ ਹੈ, ਜਿਸ ਤਰ੍ਹਾਂ ਇਹ ਨਹਿਰ ਹੈ ਨਾ, ਇਹ ਚੌਕ ਤੋਂ ਅਸੀਂ ਤੇ ਖਲਿਆ, ਇਤਨੇ ਦੂਰ ਘਰ ਰਹਿਣ, ਉੱਥੋਂ ਟੈਂਕੀ ਭਰੀ ਰਹੀ ਹੈ, ਮੋਟਰਸਾਈਕਲ ਲੱਗੇ ਤੇ ਜੜ ਦੀ ਅੱਖ ਖੋਲ ਵੈਂਦੀ ਹੈ, ਟੈਂਕੀ ਭਰੀਂਦੀ ਪਈ ਹੈ, ਔਰ ਉਸ ਤੋਂ ਫੌਰਨ ਬਾਅਦ 4 ਮਿੰਟ ਬਾਅਦ ਉੱਥੋਂ ਸਾਹਿਬ ਬਹਾਦਰ ਦਾ ਗੁਜ਼ਰੀ ਹੋ ਵੈਂਦਾ ਵੀ ਆ, ਅਤੇ ਫੱਦੇ ਬਾਕੀ ਆਵਾਮ ਜਾ ਰਹੀ ਹੈ। ਸਰ ਤੁਸੀਂ ਆਖਿਆ ਕਿ ਤੇਲ ਚੋਰੀ ਹੋ ਰਹੀ ਹੈ, ਉਸ ਟਾਈਮ ਪੁਲਿਸ ਦੀ ਗੱਡੀ ਵੀ ਲੱਗੀ ਲੱਗੀ ਸਰ, ਮੈਂ ਸਿੱਧਾ ਮੈਂ ਤੁਹਾਨੂੰ ਹਜ਼ਾਰਾਂ ਬੰਦੇ ਤੁਹਾਨੂੰ ਦੇ ਸਕਦਾ ਮੈਂ ਜਿਹੜੇ ਲੋਕ ਵੇਖਣ ਵਾਲੇ ਨੇ। ਉਸ ਤੋਂ ਬਾਅਦ ਅਗਰ ਲੋਕਾਂ ਨੂੰ ਜਾ ਕੇ ਮਾਰਿਆ ਜਾਂਦਾ ਸਾਫ਼, ਸਰ ਆਵਾਮ ਤਾਂ ਮਜਬੂਰ ਹੈ, ਔਰ ਆਵਾਮ ਬਬਸ਼ਮੂਨ ਦੇ ਰਹੇ, ਮੈਂ ਚੋਕੇ ਸੋਸ਼ਲ ਵਰਕਰ ਹਾਂ ਵੀ ਛੋਟਾ ਮੋਟਾ, ਮੈਂ ਅਪੀਲ ਕਰਨਾ ਵੀ ਆਪਣਾ CM ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬ ਆ, RPO ਸਾਹਿਬ ਫੈਸਲਾਬਾਦ, DPO ਜੰਗ ਔਰ DIG ਇਸ ਸਮੇਂ ਜਿਤਨੀ ਵੀ ਆਲਾ ਅਹੁਦੇਦਾਰ ਹਨ, ਕਿ ਇਸ ਦੀ ਅੰਸਰ ਬਾਈ ਇਸ ਦੀ ਫੇਰ ਉਸ ਤਹਿਕੀਕਾਤ ਕਰ ਲਵੇ। ਤੁਸੀਂ ਮੀਡੀਆ ਮੇਰੇ ਨਾਲ ਚਲੋ ਥਾਣੇ 'ਚ, ਉਹਨਾਂ ਬੰਦਿਆਂ ਦਾ ਹਾਲ ਵੇਖੋ ਕਿ ਇਹਨੇ ਕੀ ਕਰ ਛੋੜਿਆ ਉਹਨਾਂ ਨੂੰ। ਬੰਦੇ ਇਸ ਟਾਈਮ ਥਾਣੇ ਗੜ੍ਹ ਮਹਾਰਾਜਾ ਨੇ, ਥਾਣੇ ਗੜ੍ਹ ਮਹਾਰਾਜਾ ਨੇ ਹਰ ਰਾਤ ਅਫਸ਼ੇਸ਼ ਕਾਰਨ ਬੰਦੇ ਉੱਠਣ ਬਹਿਣ ਤੋਂ ਤੰਗ ਹੋਏ ਬੈਠੇ ਨੇ ਹੁਣ। ਤੁਸੀਂ ਆਖਦੇ ਹੋ ਕਿ ਬੰਦਿਆਂ 'ਤੇ ਤਸ਼ੱਦਦ ਹੋ ਰਹੀ ਹੈ, ਬਹੁਤ ਜ਼ਿਆਦਾ ਤਸ਼ੱਦਦ ਕਰ ਰਿਹਾ SHO। ਅੰਜਮਨ ਤਾਜਰਾਨ ਗੜ੍ਹ ਮੋੜ ਦੇ ਸਦਰ ਮੁਦੱਸਰ ਸਭਾਣਾ ਵੀ ਆ ਗਏ ਹਨ। ਮੁਦੱਸਰ ਸਾਹਿਬ, ਤੁਸੀਂ ਅੱਜ ਮਖਲੂਕ ਇਕੱਠੀ ਕਰਕੇ SHO ਸਾਹਿਬ ਦੇ ਖਿਲਾਫ਼ ਇਤਜਾਜ ਕਿਉਂ ਕਰ ਰਹੇ ਹੋ ਸਰ? ਇੱਕ ਸ਼ਰੀਫ ਅਫਸਰ 'ਤੇ ਤੁਸੀਂ ਇਲਜ਼ਾਮਾਤ ਕਿਉਂ ਲਾ ਰਹੇ ਹੋ? ਸਰ ਗੁਜ਼ਾਰਿਸ਼ ਹੈ ਕਿ ਅਸੀਂ ਇਲਜ਼ਾਮਾਤ ਨਹੀਂ ਲਾ ਰਹੇ, ਜੋ ਪਬਲਿਕ ਪਲੇਸ ਦਾ ਬਿਆਨ ਹੈ ਨਾ, ਅਸੀਂ ਉਸ ਨੂੰ ਹਕੀਕਤ ਦੇ ਨਾਲ ਰੱਖਦੇ ਹੋਏ ਔਰ ਆਵਾਮ ਦੀ ਗਰੀਬ ਆਵਾਮ ਦੇ ਨਾਲ ਆਵਾਜ਼ ਬਣਿਆ ਔਰ ਇਹ ਆਲਾ ਹੁਕਾਮ ਤੱਕ ਪਹੁੰਚਾ ਰਹੇ ਹਾਂ ਕਿ ਕੋਈ ਅੱਛਾ ਜਿਹਾ ਅਫਸਰ ਲਾਵੇ। ਪਹਿਲੇ ਵੀ SHO ਰਹੇ ਨੇ, ਕਦੀ ਅੱਜ ਤੱਕ ਇਹ ਨੋਬਤ ਨਹੀਂ ਆਈ ਜਿਹੜੀ ਹੁਣ ਇਹ ਨੋਬਤ ਪੇਸ਼ ਆ। ਅਸੀਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਸਾਡੇ ਜਿਹੜੇ ਸਾਫੀ ਬਰਾਦਰੀ ਹੈ, ਰੋਜ਼ਾਨਾ ਜਨਾਬ ਦਬੰਗ SHO ਸਾਹਿਬ ਨੇ ਅਜੇ ਕਰ ਦਿੱਤਾ, ਦਬੰਗ ਨਿਡਰ ਦਲੇਰ ਪਤਾ ਨਹੀਂ ਕਿਤਨੀਆਂ ਪੂਛਣੀਆਂ ਲਾਉਂਦੇ ਨੇ ਸਰ ਸੋਸ਼ਲ ਮੀਡੀਆ 'ਤੇ, ਅਤੇ ਉਹਨਾਂ ਦੀ ਬੜੀ ਗੁੱਡ ਵੇਲੇ ਔਰ ਤੁਸੀਂ ਅੱਜ ਇਤਜਾਜ ਕਰ ਰਹੇ ਹੋ। ਸਰ ਗੁਜ਼ਾਰਿਸ਼ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਨਾ, ਠੀਕ ਹੈ ਹੁਣ ਕੋਈ ਆਪਣਾ 302 ਦੇ ਮਾਮਲਾਤ ਹੁੰਦੇ ਨੇ ਜਾਂ ਆਲਾ ਮੁਕਦਮਾਤ ਜਿਹੜੇ ਨੇ ਉਹਨਾਂ 'ਚ ਸਾਫ਼ ਜ਼ਾਹਿਰ ਹੈ SHO ਇੱਕ DPO ਸਾਹਿਬ ਨੇ ਲਾਇਆ, ਇੱਕ ਥਾਣਾ ਦਾ ਇੱਕ ਬਾਦਸ਼ਾਹ ਹੈ, ਦੂਸਰੇ ਲਫ਼ਜ਼ਾਂ 'ਚ ਅਸੀਂ ਆ ਕੇ ਬਾਦਸ਼ਾਹ ਹੀ ਹੈ SHO, ਅਤੇ ਸਰ ਉਹਦਾ ਕੰਮ ਹੈ ਆਵਾਮ ਨੂੰ ਤੋਹਫ਼ਾ ਦੇਣਾ, ਨਾ ਕਿ ਉਹਦਾ ਕੰਮ ਹੈ ਕਿ ਆਵਾਮ ਨੂੰ ਜ਼ਲੀਲ ਕਰਨਾ, ਨਾ ਕੰਮ ਹੈ ਸਰ। ਹੁਣ ਸਰ ਪਿਛਲੇ ਲੋਕਾਂ ਦਾ ਮੌਕਫ ਇਹ ਹੈ ਕਿ ਜਰਾਇਮ ਪੇਸ਼ਾ ਲੋਕਾਂ ਨਾਲ ਬੇਸ਼ੱਕ ਜੋ ਮਰਜ਼ੀ ਸਲੂਕ ਕਰੋ, ਆਮ ਲੋਕ ਜਿਨ੍ਹਾਂ ਦਾ ਕੋਈ ਗੁਨਾਹ ਵੀ ਕੋਈ ਨਹੀਂ ਉਹਨਾਂ ਨੂੰ ਕਮ ਅਜ਼ ਕਮ ਮਾਫ਼ ਕਰ, ਉਹਨਾਂ ਨੂੰ ਬਿਲਕੁਲ ਮਾਫ਼ ਕਰ ਦਿੱਤਾ ਜਾਵੇ। ਔਰ ਸਰ ਪਿਛਲੇ ਦਿਨੋਂ ਤਕਰੀਬਨ 10-15 ਦਿਨ ਪਹਿਲੇ ਸਰ ਇੱਕ ਲੜਾਈ ਹੋਈ ਹੈ ਬਾਜ਼ਾਰ ਦੇ ਵਿੱਚ, ਸਰ ਮੈਂ ਤਾਂ ਉੱਥੋਂ ਨੋਟ ਕੀਤਾ ਕਿ ਸਾਡੇ ਜਿਹਾ ਜਿਹੜਾ ਬੰਦਾ ਸੋਸ਼ਲ ਬੰਦਾ ਇੱਕ ਜ਼ਿੰਮੇਵਾਰ ਬੰਦਾ, ਉਹਨਾਂ ਨੂੰ SHO ਸਾਹਿਬ ਕਹਿੰਦਾ ਜੀ ਕਿ ਗੱਲ ਹੈ ਕਿ ਜਾਓ ਜੀ ਤੁਸੀਂ ਨਾ ਦੂਸਰੀ ਪਾਰਟੀ ਨੂੰ ਆਖਦਾ ਕਿ ਜਾਓ ਤੁਸੀਂ MLC ਕਰਵਾਓ ਅਤੇ ਉਹਦੇ ਖਿਲਾਫ਼ ਮੈਂ ਪਰਚਾ ਦੇਣਾ, ਜਦਕਿ SHO ਸਾਹਿਬ ਨੂੰ ਮੈਂ ਖੁਦ ਆ ਕੇ ਆਇਆ ਕਿ ਸਰ 13 ਤਫਤੀਸ਼ੀ ਅਫਸਰ ਸਜਾਦ ਸਾਹਿਬ ਮੌਕੇ 'ਤੇ, ਕਿਸੇ ਨੂੰ ਕੋਈ ਜ਼ਖਮ ਨਹੀਂ ਹੋਇਆ, ਕੋਈ ਲੜਾਈ ਨਹੀਂ ਹੋਈ, ਬਹਿਮੀ ਰਜ਼ਾਮੰਦੀ ਨਾਲ ਮੈਂ ਸਰ ਦੋਨਾਂ ਪਾਰਟੀਆਂ ਨੇ ਲੜਾਈ ਕਰਨ ਦਿੱਤੀ, ਉਹਦੇ ਬਾਵਜੂਦ ਹੀ SHO ਖੁਦ ਕਹਿੰਦਾ ਕਿ ਜਾਓ ਯਾਰ MLC ਕਰਵਾਓ ਮੈਂ ਪਰਚਾ ਦੇਣਾ, ਅਤੇ ਸਰ ਸਾਡੇ ਜਿਹਾ ਬੰਦਾ ਨਹੀਂ ਮਹਿਫੂਜ਼, ਤਾਂ ਬਾਕੀ ਕਿੱਥੇ ਮਹਿਫੂਜ਼ ਰਹਿ ਸਕਦਾ? ਇੱਕ ਹੋਰ ਬੰਦੇ ਦਾ ਨਾਂ ਤਾਂ ਜੀ ਗੁਲਾਮ ਅਬਾਸ ਦਾ ਸ਼ਾਹ ਕਮਾਲ ਹਾਲਤ ਹੈ ਜੀ, ਅਤੇ ਬਿਜਲੀ ਦੀ ਚੋਰੀ ਦਾ ਇਲਜ਼ਾਮ ਮੈਂ ਇੱਥੇ ਲਾਇਆ ਜੀ ਵਾਪਡਿਆਲਿਆਂ ਜੀ, ਮੈਂ ਨਾ ਤਾਂ SHO ਸਾਹਿਬ ਤਸਦੀਕ ਕੀਤੀ ਹੈ, ਮੇਰੇ ਖਿਲਾਫ਼ ਪਰਚਾ ਦੇ ਛੋੜੇ ਸੋ ਜੀ,
ਅਦਾਲਤ ਵਿੱਚ ਕੇਸ ਝਗੜ ਦਾ ਪਿਆ ਨਾ ਜਾਇ ਜੀ। ਯਾਨੀ ਤੁਸੀਂ ਆਦੇ ਪਿਓ ਕਿ ਕਿਸੇ ਨੇ ਬਿਜਲੀ ਚੋਰੀ ਕੀਤੀ, ਮੀਟਰ ਵੀ ਕਿਸੇ ਹੋਰ ਦਾ, ਕਿਸੇ ਹੋਰ ਦਾ ਜੀ, ਉਹਨਾਂ ਨੇ ਨਾ ਤੁਹਾਨੂੰ ਮੈਨੂੰ ਮੈਥੇ ਨਾ ਜਾਇ ਦਾ FIR ਦਿਵਾਇਆ ਨੇ ਜੀ, ਨਾ ਜਾਬ ਕੇ ਨਾ ਤਸਦੀਕ ਕੀਤੀ ਨੇ ਵਾਪੜੇ ਵਾਲਿਆਂ ਦੇ ਸਾਜ਼ਬਾਜ਼ ਹੋ ਤੇ ਜੀ ਮੇਰੇ ਨਾਂ ਖਿਲਾਫ ਪਰਚਾ ਦਿਵਾਇਆ ਨੇ ਜੀ। ਹਾਂਜੀ ਗੜ ਮਹਾਰਾਜਾ ਜੀ। ਹਾਂ ਜੀ ਨਾਸੀਨ, ਤੁਸੀਂ ਲੋਕਾਂ ਦੀ ਗੁਫ਼ਤਗੂ ਸੁਣੀਏ। ਅੱਜ ਗੜ ਮੋੜ ਚੌਕ 'ਤੇ ਲੋਕ ਇਹਤਜਾਜ ਕਰ ਰਹੇ ਹਨ SHO ਮੋਹਤਰਮ ਜਨਾਬ ਜ਼ੀਸ਼ਾਨ ਪਤਵਾਣਾ ਸਾਹਿਬ ਦੇ ਖਿਲਾਫ਼। ਉਹਨਾਂ ਦਾ ਆਖਣ ਇਹ ਕਿ ਲੋਕਾਂ ਨੂੰ ਉਠਾਇਆ ਪੈਂਦਾ, ਤਸ਼ੱਦਦ ਕੀਤਾ ਪੈਂਦਾ, ਉਹਨਾਂ ਨੂੰ ਬਰਹਾਨਾ ਕੀਤਾ ਪੈਂਦਾ, ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾਈ ਪੈਂਦੀ ਹੈ ਔਰ ਫਿਰ ਉਸ ਤੋਂ ਬਾਅਦ ਪੈਸੇ ਲੈ ਕੇ ਲੋਕਾਂ ਨੂੰ ਛੋੜ ਦਿੱਤਾ ਪੈਂਦਾ। ਇਹ ਲੋਕਾਂ ਦੇ ਇਲਜ਼ਾਮਾਤ ਹਨ ਔਰ ਇਹ ਮੁਮਤਾਜ਼ ਭਾਈ ਹਨ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋਈ। ਇਹਨਾਂ ਨੇ ਇਲਜ਼ਾਮ ਲਾਏ ਹਨ ਕਿ ਇਹਨਾਂ ਨੂੰ ਉਹਨਾਂ ਨੇ ਪਕੜਿਆ, ਨੰਗਾ ਕਰਕੇ ਇਹਨਾਂ ਨੂੰ ਤਸ਼ੱਦਦ ਕੀਤਾ, ਵੀਡੀਓ ਬਣਾਏ ਔਰ ਉਸ ਤੋਂ ਬਾਅਦ ਇਹਨਾਂ ਕੋਲੋਂ ਲੱਖ ਰੁਪਈਆ ਮੰਗਿਆ, ਲੇਕਿਨ 35,000 ਰੁਪਈਆ ਦੇ ਕੇ ਇਹਨਾਂ ਨੇ ਆਪਣੀ ਜਾਨ ਛੁਡਾਈ ਹੈ। ਇਸ ਵੀਡੀਓ ਦੇ ਹਵਾਲੇ ਨਾਲ ਅਗਰ SHO ਸਾਹਿਬ ਆਪਣਾ ਮੌਕਫ ਦੇਣਾ ਚਾਹੁੰਦੇ ਹਨ ਤਾਂ ਜੰਗ ਰੰਗ ਦਾ ਪਲੇਟਫਾਰਮ ਹਾਜ਼ਰ ਹੈ। ਅਨਸਰ ਖਾਨ ਬਲੋਚ ਨੂੰ ਜੰਗ ਰੰਗ ਤੋਂ ਇਜਾਜ਼ਤ ਦਿਓ। ਅੱਲਾ ਹਾਫਿਜ਼।